ਜੇਕਰ ਤੁਹਾਡੀ ਵੀ ਫੀਸ ਮੌਂਟਰੀਅਲ ਦੇ ਉਹਨਾਂ 10 ਕਾਲਜਾਂ ਦੇ ਵਿੱਚ ਗਈ ਹੋਈ ਹੈ ਜਿਹੜੇ ਟੈਂਪਰਰੀ ਸਸਪੈਂਡ ਹੋ ਗਏ, ਤਾਂ ਇਹ ਵੀਡੀਓ ਤੁਹਾਡੇ ਲਈ। ਕੋਈ ਵੀ ਉਹ ਸਟੂਡੈਂਟ ਜਿਹਦੇ ਪੈਸੇ ਮੌਂਟਰੀਅਲ ਦੇ ਕਾਲਜਾਂ 'ਚ ਗਏ ਹੋਏ ਆ, CAQ ਨਹੀਂ ਆਈ, CAQ ਕੈਂਸਲ ਹੋ ਗਈ, ਪੈਸੇ ਫਸ ਗਏ, ਪ੍ਰੋਸੈਸ ਰੁਕ ਗਿਆ, ਰੀਫੰਡ ਆਉਣਾ ਨਹੀਂ ਆਉਣਾ ਪਤਾ ਨਹੀਂ ਕਦੋਂ ਆਉਣਾ, ਉਹ ਸਾਰੇ ਸਟੂਡੈਂਟ ਆਪਣਾ ਕੈਨੇਡਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਨੇ। ਪੈਸੇ ਵੀਜ਼ਾ ਲੱਗਣ ਤੋਂ ਬਾਅਦ ਕਾਲਜ ਦੀ ਫੀਸ 7.5 ਲੱਖ ਰੁਪਇਆ, ਜਦੋਂ ਤੁਹਾਡਾ ਵੀਜ਼ਾ ਲੱਗ ਜਾਂਦਾ ਸਿੱਧੇ ਪੈਸੇ ਆਪਣੇ ਖਾਤੇ 'ਚੋਂ ਕਾਲਜ ਦੇ ਅਕਾਊਂਟ ਟ੍ਰਾਂਸਫਰ ਕਰੋ। ਕਿਸੇ ਤਰ੍ਹਾਂ ਦੀ ਕੋਈ ਐਮਬੈਸੀ ਫੀਸ ਨਹੀਂ, ਕੋਈ CAQ ਦੀ ਫੀਸ ਨਹੀਂ, ਕੋਈ ਪ੍ਰੋਸੈਸਿੰਗ ਚਾਰਜਸ ਨਹੀਂ। ਆਪਣੇ ਪੈਸੇ ਜਿਸ ਦਿਨ ਤੁਹਾਡਾ ਵੀਜ਼ਾ ਲੱਗ ਜਾਂਦਾ ਉਸ ਤੋਂ ਬਾਅਦ ਤੁਸੀਂ ਦੇਣੇ ਨੇ। ਸ਼ੁਕਰੀਆ ਜੀ, ਧੰਨਵਾਦ।